ਭਾਬੀ ਇੱਕ ਗੱਲ ਹੋਰ, ਮੈਂ ਤੁਹਾਡਾ ਸਾਥ ਨਾ ਹਰ ਇੱਕ ਮੋੜ 'ਤੇ ਦਊਂਗਾ। ਤੁਸੀਂ ਭਾਵੇਂ ਮੈਨੂੰ 100 ਭਾਵੇਂ 1000 ਬੰਦਿਆਂ ਦੇ ਵਿੱਚ ਪੁੱਛ ਲਿਓ, ਮੈਂ ਸਿਮਰਤ ਵਾਂਗੂ ਮੁਕਰੂੰਗਾ ਨਹੀਂ। ਮੈਂ ਇੱਕੋ ਗੱਲ ਕਹੂੰਗਾ, ਮੇਰਾ ਅਤੇ ਸਿਮਰਤ ਦਾ ਕੋਈ ਰਿਸ਼ਤਾ ਨਹੀਂ ਹੈਗਾ। ਬਾਕੀ ਚਲੋ ਆਪਣਾ ਧਿਆਨ ਰੱਖਿਓ, ਹੁਣ ਰੋਇਓ ਨਾ ਅਤੇ ਉੱਠੋ, ਰੋਟੀ ਪਾਣੀ ਖਾਓ। ਇਹ ਕੀ ਕਹਿ ਕੇ ਗਿਆ ਕਿ ਸਿਮਰਤ ਦਾ ਕੋਈ ਮਕਸਦ ਹੈ ਜਿਹਦੇ ਵਾਸਤੇ ਇਸ ਘਰ 'ਚ ਆਈ ਆ? ਉਹਦਾ ਕੀ ਮਕਸਦ ਹੋ ਸਕਦਾ? ਗੱਲ ਤਾਂ ਇਹਨਾਂ ਦੇ ਰਿਸ਼ਤੇ ਦੀ ਹੁੰਦੀ ਆ। ਜੇ ਇਹਦੀਆਂ ਗੱਲਾਂ ਸੁਣਦੀ ਹਾਂ ਇਹ ਸੱਚਾ ਲੱਗਦਾ ਆ। ਜੇ ਇਹਨੇ ਪਿਆਰ ਕੀਤਾ ਹੀ ਨਹੀਂ ਸਿਮਰਤ ਨਾਲ, ਫਿਰ ਇਹ ਆਪਣੀ ਜਗ੍ਹਾ ਠੀਕ ਹੈ। ਫਿਰ ਤਾਂ ਸਿਮਰਤ ਵੈਸੇ ਪੱਲੇ ਪੈ ਗਈ ਇਹਦੇ, ਇਹ ਕਿੱਥੋਂ ਰਿਸ਼ਤਾ ਨਿਭਾਲੂਗਾ ਉਹਦੇ ਨਾਲ? ਪਰ ਮਕਸਦ ਕਿਹੜਾ ਹੋ ਸਕਦਾ ਸਿਮਰਤ ਦਾ? ਮੇਰੇ ਤਾਂ ਹੋਰ ਦਿਲ ਨੂੰ ਟੈਨਸ਼ਨ ਲੱਗ ਗਈ, ਇਹ ਕੀ ਬਣਨ ਡਿਆ? ਇਹ ਗੱਲ ਤਾਂ ਸਹੀ ਕਹਿ ਕੇ ਗਿਆ ਕਿ ਸਿਮਰਤ ਮੁੱਕਰ ਜਾਂਦੀ ਹੈ ਅਤੇ ਝੂਠੀ ਹੈ। ਹਰ ਜਗ੍ਹਾ ਮੈਨੂੰ ਕਹਿ ਦਿੰਦੀ ਆ ਕਿ ਮੇਰਾ ਅਤੇ ਸਾਹਿਲ ਦਾ ਰਿਸ਼ਤਾ ਨਹੀਂ ਸਹੀ, ਨਹੀਂ ਸਹੀ। ਦੀਦੀ ਮੈਂ ਬੜੀ ਦੁਖੀ ਹਾਂ, ਜਦੋਂ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਉਦੋਂ ਸਾਫ ਮੁੱਕਰ ਜਾਂਦੀ। ਪਤਾ ਨਹੀਂ ਹੁਣ, ਮੈਂ ਤਾਂ ਉੱਥੇ ਵੀ ਦੱਸ ਆਈ ਹਾਂ ਸਾਰਿਆਂ ਨੂੰ, ਹੁਣ ਚਾਚੀ ਜੀ ਅਤੇ ਭੂਆ ਜੀ ਹੁਣੀ ਭਾਵੇਂ ਇੱਥੇ ਆਉਣ, ਬੜਾ ਤਗੜਾ ਖਿਲਾਰਾ ਪੈਣ ਵਾਲਾ ਵਾ। ਜੇ ਇਹ ਫਿਰ ਮੁੱਕਰ ਗਈ ਮੇਰਾ ਪਤਾ ਨਹੀਂ ਕੀ ਬਣੂਗਾ ਇਸ ਘਰ 'ਚ। ਹਾਂਖੀ ਪਤਾ ਨਹੀਂ ਮੰਮੀ ਜੀ ਨੇ ਕਿਹੜੀਆਂ ਕਿਹੜੀਆਂ ਗੱਲਾਂ ਸੁਣਾਤੀਆਂ ਮੈਨੂੰ, ਜਿਹੜੀਆਂ ਨਹੀਂ ਵੀ ਸੁਣਾਉਣ ਵਾਲੀਆਂ ਸੀ। ਸਾਹਿਲ ਬਿਲਕੁਲ ਸਹੀ ਕਹਿਣ ਡਿਆ ਕਿ ਇਹਨਾਂ ਦੇ ਵਿਆਹ ਤੋਂ ਪਹਿਲੇ ਮੇਰੇ ਅਤੇ ਰਣਜੀਤ ਦੇ ਰਿਸ਼ਤੇ ਵਿੱਚ ਬਹੁਤ ਪਿਆਰ ਸੀ। ਹਰ ਪੱਖੋਂ ਸਮਝਦੇ ਸੀ ਮੈਨੂੰ ਰਣਜੀਤ, ਉਹੋ ਹੀ ਬੰਦਾ ਆ। ਅਤੇ ਅੱਜ ਮੈਨੂੰ ਵੇਖਣਾ ਹੀ ਨਹੀਂ ਪਸੰਦ ਕਰਨ ਦਿਆ, ਇੱਥੋਂ ਤੱਕ ਕਹਿੰਦੇ ਕਿ ਮੈਂ ਤੇਰੇ ਨਾਲ ਵਿਆਹ ਕਰਕੇ ਬੜੀ ਵੱਡੀ ਗਲਤੀ ਕਰ ਬੈਠਾ। ਕੀ ਬਣਦਾ ਪਿਆ ਮੇਰੇ ਨਾਲ, ਦਿਮਾਗ ਖਰਾਬ ਹੋਇਆ ਪਿਆ ਸੋਚ ਸੋਚ ਕੇ। ਸਿਮਰਤ, ਸਿਮਰਤ ਠੀਕ ਹੈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਠੀਕ ਹੈ ਨਾ ਪੁੱਤ? ਹਾਂਜੀ ਆ ਜਾਓ। ਸਿਮਰਤ ਕੀ ਗੱਲ ਹੈ? ਕੋਈ ਗੱਲ ਨੀ ਮੰਮੀ, ਨਾਲੇ ਮੈਂ ਤੈਨੂੰ ਸਾਰਾ ਕੋਈ ਫੋਨ ਤੇ ਦੱਸਿਆ ਤੇ ਹੈਗਾ ਸੀ, ਤੁਸੀਂ ਫੇਰ ਆ ਗਏ ਜੇ। ਆ ਗਏ ਜੇ ਮਤਲਬ? ਨਹੀਂ ਆਣਾ ਚਾਹੀਦਾ ਸੀਗਾ, ਇੰਨੀ ਵੱਡੀ ਗੱਲ ਹੁੰਦੀ ਪਈ ਹੈ ਤੇ। ਮੰਮੀ ਗੱਲ ਕੁਝ ਵੀ ਨਹੀਂ ਆ, ਇਹ ਸ਼ੰਮੀ ਜੀ ਤਾਂ ਜਾਣ ਕੇ ਸਾਰਿਆਂ ਪਾਸੇ ਜਾ ਕੇ ਮੇਰਾ ਰੌਲਾ ਪਾਈ ਜਾਂਦੀ ਹੈ। ਸਿਮਰਤ ਇਹ ਕੀ ਗੱਲ ਕਰਨ ਡਈ ਆ? ਸ਼ੰਮੀ ਨੂੰ ਕੀ ਲੋੜ ਪਈ ਆ, ਖੁਦ ਤੈਨੂੰ ਆਪਣੇ ਹੱਥੀ ਸੀੜ ਕੇ ਲੈ ਕੇ ਆਈ ਹੋ। ਸਿਮਰਤ ਤੇਰੀ ਗੱਲ ਸੁਣ, ਤੂੰ ਗੱਲ ਹੈਗੀ ਮੰਮੀ ਇਦਾਂ ਦੀ ਕੋਈ ਗੱਲ ਨਹੀਂ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਹੋ? ਹਾਂਜੀ ਠੀਕ ਆ। ਭੈਣ ਜੀ ਹੋਰ ਸਿਹਤਾਂ ਠੀਕ ਜੀ? ਬਸ ਜੀ ਭੈਣ ਜੀ ਸਿਹਤਾਂ ਠੀਕ ਹੈ। ਸਤਿ ਸ਼੍ਰੀ ਅਕਾਲ, ਠੀਕ ਹੈ ਤੁਹਾਡੇ ਕੋਲ ਮਾਫ਼ੀ ਮੰਗਦੀ ਹਾਂ, ਤੁਸੀਂ ਉਸ ਦਿਨ ਬੁਲਾਇਆ ਸੀ
ਤੇ ਮੈਨੂੰ ਜ਼ਰੂਰੀ ਕੰਮ ਸੀ ਮੈਂ ਉੱਥੇ ਚਲੀ ਗਈ ਮੇਰੇ ਕੋ ਆਇਆ ਨਹੀਂ ਗਿਆ ਭੈਣ ਜੀ ਲੱਕੀ ਤੁਸੀਂ ਮਾਂ ਆਏ ਸੀ ਫਿਰ ਹਾਂਜੀ ਹਾਂਜੀ ਤੇ ਮੈਂ ਤਾਂ ਕਿਹਾ ਭੂਆ ਜੀ ਨੂੰ ਆਉਂਦੇ ਚੰਗੀ ਗੱਲ ਸੀ ਉਹ ਕਿਉਂ ਨਹੀਂ ਆਏ ਇੰਨਾ ਹੀ ਉਹ ਆਉਣਗੇ ਬਾਹਰ ਗਏ ਮੈਂ ਕਿਹਾ ਠੀਕ ਹੈ ਮੈਂ ਪਾਣੀ ਲਈ ਭੂਆ ਜੀ ਹਾਂ ਦੱਸ ਕੀ ਗੱਲ ਆ ਹੁਣ ਬੈਠੀ ਆ ਮੈਨੂੰ ਦੱਸਣਾ ਸਾਰੀ ਜੋ ਸੱਚ ਹੈ ਮੈਨੂੰ ਜੋ ਦੱਸਣਾ ਇੱਕ ਮਿੰਟ ਭੈਣ ਜੀ ਇੱਕੋ ਗੱਲ ਘੜੀ ਘੜੀ ਕਰੀ ਜਾਣ ਡੇ ਜੇ ਭੈਣ ਜੀ ਤੁਸੀਂ ਦੱਸੋ ਕੀ ਗੱਲ ਹੈਗੀ ਆ ਆ ਸਿਮਰਤ ਕੀ ਭੋਲੀਆਂ ਗੱਲਾਂ ਕਰੀ ਜਾਂਦੀ ਹੈ ਭੈਣ ਜੀ ਮੈਂ ਤੁਹਾਨੂੰ ਦੱਸਾਂ ਕੋਈ ਗੱਲ ਨਹੀਂ ਇਹ ਚੰਗੀ ਭਲੀ ਆਪਣੇ ਘਰੇ ਰਹਿੰਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਡੀ ਭਤੀਜੀ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈਗੀ ਆ ਉਹੋ ਹੀ ਕਰਦੀ ਜਿੱਥੇ ਕਿੱਥੇ ਇੰਨੀ ਭੰਡਣੀ ਕਰੀ ਜਾਂਦੀ ਆ ਹੁਣ ਮੈਂ ਕੀ ਕਰਾਂ ਦੱਸੋ ਉਹੋ ਹੀ ਬੋਲਦੀ ਜਿੱਥੇ ਕਿਤੇ ਫਲਾਣਾ ਇਸ ਤਰ੍ਹਾਂ ਢਿੰਡਾ ਇਹਨਾਂ ਦੀ ਬਣਦੀ ਨਹੀਂ ਹੈ ਦੱਸੋ ਮੈਂ ਕੀ ਕਰਾਂ ਮੈਂ ਆਪਣੇ ਘਰ ਦੀ ਆਪੇ ਥੋੜੀ ਬੇਇੱਜ਼ਤੀ ਕਰਾਂਗੀ ਮੇਰੇ ਘਰ ਚੰਗਾ ਭਲਾ ਚੱਲਣ ਡਿਆ ਤੇ ਮੈਂ ਕੀ ਕਵਾਂ ਸੱਚੀ ਮੁੱਚੀ ਨਹੀਂ ਬਣਦੀ ਪਈ ਮੰਮੀ ਤੁਹਾਨੂੰ ਦੱਸਿਆ ਤੇ ਆ ਜੇ ਮੇਰੀ ਨਹੀਂ ਬਣਦੀ ਤੇ ਮੈਂ ਇੱਥੇ ਥੋੜੀ ਰਹਿਣਾ ਸੀ ਮੈਂ ਤੁਹਾਡੇ ਨਾਲ ਆ ਜਾਣਾ ਸੀ ਉਹ ਤਾਂ ਸੱਚੋ ਸੱਚੀ ਦੱਸ ਦੇ ਉਹ ਵੀ ਬਾਰ ਬਾਰ ਕਹਿੰਦੀ ਆ ਸਾਰੇ ਕਹਿੰਦੇ ਆ ਤੂੰ ਜਿਹੜੇ ਤੇਰੇ ਮਨ ਦੀ ਗੱਲ ਨਾ ਸਹੀ ਸਾਰੀ ਆ ਦੱਸ ਦੇ ਮੈਂ ਨਹੀਂ ਹੋ ਤੇਰੀ ਮਾਂ ਆਈ ਹੋ ਮੇਰੇ ਮਨ ਦੀ ਹੋਰ ਕੋਈ ਗੱਲ ਨਹੀਂ ਆ ਸਭ ਕੁਝ ਸਹੀ ਚੱਲਣ ਦਿਆ ਵਾ ਤੁਸੀਂ ਕਿਉਂ ਬਾਰ ਬਾਰ ਇੱਕੋ ਗੱਲ ਪੁੱਛੀ ਜਾਂਦੇ ਜੇ ਸਭ ਕੁਝ ਵਧੀਆ ਚੱਲਣ ਦਿਆ ਵਾ ਸਾਹਿਲ ਵੀ ਬਹੁਤ ਖੁਸ਼ ਹੈ ਤੇ ਮੈਂ ਵੀ ਬਹੁਤ ਖੁਸ਼ ਹਾਂ ਜੇ ਵਧੀਆ ਚੱਲਦਾ ਹੋਵੇ ਤੇ ਗੱਲਾਂ ਕਿਉਂ ਨਿਕਲਦੀਆਂ ਪਈਆਂ ਨੇ ਆ ਸਾਰਾ ਕੁਝ ਇੰਨਾ ਕਰਕੇ ਹੁੰਦਿਆ ਇਹੋ ਜਿਹਾ ਜਿਹਾ ਗੱਲਾਂ ਦੱਸਦੇ ਆ ਨਹੀਂ ਇਹ ਕਿਉਂ ਇਹ ਵੀ ਤੇ ਘਰ ਚ ਹੀ ਰਹਿੰਦੇ ਆ ਇਹ ਕਿਉਂ ਕੋਈ ਗੱਲ ਕਰਦੇ ਭੈਣ ਜੀ ਤੁਸੀਂ ਦੱਸੋ ਭੈਣ ਜੀ ਮੈਂ ਤਾਂ ਮੈਂ ਕਿਹਾ ਸੀ ਤਾਂ ਵੀ ਕੋਈ ਗੱਲ ਨਹੀਂ ਹੈਗੀ ਚੰਬੇ ਵਾ ਖਾਂਦੇ ਪੀਂਦੇ ਖੇਡਦੇ ਹੱਸਦੇ ਨੇ ਕੋਈ ਗੱਲ ਨਹੀਂ ਉਹ ਕੁੜੀ ਘਰ ਛੱਡਦੀ ਹੈ ਦੂਜੇ ਦਿਨ ਕਦੀ ਕਿਤੇ ਚੱਲ ਜਾਂਦੀ ਕਦੀ ਬਿਨਾਂ ਦੱਸਿਆ ਮੈਂ ਤਾਂ ਇਸੇ ਕਰਕੇ ਉਹ ਦਿਨ ਸੱਦਣਾ ਸੀ ਇਹ ਬਿਨਾਂ ਦੱਸਿਆ ਹੀ ਆਪਣੀ ਨਨਾਣ ਵੱਲ ਚਲੀ ਗਈ ਦੱਸੋ ਇਹ ਚੰਗੀ ਗੱਲ ਹੈ ਨਾ ਮੈਨੂੰ ਪਤਾ ਨਾ ਰਾਣੇ ਨੂੰ ਪਤਾ ਇਹਦਾ ਕੰਮ ਸੀ ਨਾ ਦੱਸ ਕੇ ਜਾਂਦੀ ਇਹ ਬੱਟੀ ਤੇ ਦਹੀਂ ਨਨਾਣ ਕੋ ਪਹੁੰਚ ਗਈ ਮੈਂ ਤੇਰੇ ਕਰਕੇ ਬਦਨਾਮ ਹੁੰਦੀ ਆ ਹਰ ਪਾਸੇ ਦੱਸ ਦੇ ਸੱਚਾਈ ਕੀ ਆ ਦੱਸ ਬਹੁਤਾ ਦੱਸਣੀ ਪੈਣੀ ਉਹ ਤੇਰੇ ਤੇ ਵਾਰ ਕਰਦੀ ਬਾਰ ਬਾਰ ਦੱਸ 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 ਤੇ ਤੈਨੂੰ ਦੱਸਣਾ ਕੀ ਪੈਣਾ ਤੁਹਾਨੂੰ ਪਤਾ ਹੈ ਇਹ ਵੀ ਮੇਰੀ ਨੂੰਹ ਆ ਤੇ ਉਹ ਵੀ ਮੇਰੀ ਨੂੰਹ ਆ ਠੀਕ ਹੈ ਨਾ ਮੈਨੂੰ ਤਾਂ ਦੋਵੇਂ ਇੱਕੋ ਜਿਹੀਆਂ ਹੀ ਹੈਗੀਆਂ ਜਿਹੜੀ ਗਲਤੀ ਕਰਦੀ ਮੈਂ ਉਹਨੂੰ ਕਹਿੰਦੀ ਹਾਂ ਹੁਣ ਰਾਣਾ ਆਉਂਦਾ ਨਾ ਰਾਣੇ ਨੂੰ ਪੁੱਛੇ ਕੀ ਗਲਤੀ ਹੈ ਜੀ ਤੇ ਕੀ ਨਹੀਂ ਹੈ ਉਹ ਤੇ ਇਹਦਾ ਘਰ ਵਾਲਾ ਨਾ ਉਹ ਤੇ ਇਹਦਾ ਪਛ ਲੈ ਇੱਕ ਨਾ ਖੁਦ ਸੁਣ ਨੀ ਆਉਂਦੀ ਮੈਂ ਸੱਚੀ ਤੁਹਾਨੂੰ ਦੱਸਾਂ ਮੈਂ ਤਾਂ ਵਿਆਹ ਕਰਾ ਕੇ ਖੁਦ ਪਛਤਾਉਣ ਡਿਆ ਵਾ ਕੀ ਚੱਲਣ ਡਿਆ ਵਾ ਵਿਆਹ ਕਰਕੇ ਪਛਤਾਉਣ ਡਿਆ ਹੋਰ ਕੀ ਇਹਦੇ ਚ ਮੇਰੀ ਧੀ ਦੀ ਕੀ ਗਲਤੀ ਆ ਗਲਤੀ ਤੁਹਾਨੂੰ ਸਾਰੀ ਪਤਾ ਵਾ ਉਸ ਦਿਨ ਵੀ ਲੈ ਕੇ ਆਇਆ ਸੀ ਖੁਦ ਮੈਨੂੰ ਕਿਦਾਂ ਕੀ ਕਿਹਾ ਇਹਦੇ ਬਾਰੇ ਮੈਂ ਕੀ ਕਿਹਾ ਸੀ ਮੈਂ ਇਹ ਕਿਹਾ ਸੀ ਇਹਨੂੰ ਕਿ ਤੇਰੀ ਗਲਤੀ ਹੈ ਤੂੰ ਬਿਨਾਂ ਪੁੱਛੇ ਆਪਣੀ ਸੱਸ ਕੋ ਨਨਾਣ ਦੇ ਘਰ ਕਿਉਂ ਚਲੀ ਗਈ ਪਰ ਤੂੰ ਕੀ ਸਮਝਦਾ ਕਿ ਮੇਰੀ ਧੀ ਸਿਮਰਤ ਨੂੰ ਘਰ ਵਸਣ ਦੇਣਾ ਚਾਹੁੰਦੀ ਗੱਲ ਤੇ ਇਹਦੇ ਲੱਗਦੀ ਭੂਆ ਜੀ ਹੁਣ ਉਹ ਕਹਿੰਦੀ ਮੈਂ ਮੇਰਾ ਸਭ ਕੁਝ ਸਹੀ ਆ ਇਹ ਕਹਿੰਦੀ ਸਹੀ ਨਹੀਂ ਹੈ ਸਹੀ ਨਹੀਂ ਆ ਇਸੇ ਗੱਲ ਦਾ ਇਸੇ ਗੱਲ ਦੀ ਕਲੇਸ਼ ਚੱਲਦੀ ਸਾਰਾ ਦਿਨ ਤੂੰ ਹੀ ਭਤੀਜੀ ਕਰਦੀ ਪਈ ਹੈ ਜਿਹੜੀ ਮੇਰੀ ਕੁੜੀ ਦੀ ਜ਼ਿੰਦਗੀ ਵੀ ਰੋਲਦੀ ਹੈ ਸਿਮਰਤ ਸੱਚ ਬੋਲ ਕੀ ਗੱਲ ਹੈ
ਭੈਣ ਜੀ ਹੁਣ ਤੇ ਅਸੀਂ ਇਹਨਾਂ ਨੂੰ ਪੁੱਛ ਕੇ ਥੱਕ ਗਏ, ਹੁਣ ਤੁਸੀਂ ਪੁੱਛ ਕੇ ਨਾ ਫਿਰ ਫੈਸਲਾ ਕਰੋ ਜੋ ਕਰਨਾ। ਰਾਣੀ ਤੁਸੀਂ ਤੇ ਉਹਨੂੰ ਸੱਚ ਸੱਚ ਪੁੱਛ ਸਕਦੇ ਹੋ ਨਾ ਤੇ ਪੁੱਛੋ ਸੱਚ ਬੋਲ। ਮੈਂ ਤਾਂ ਪੁੱਛ ਪੁੱਛ ਹਾਰ ਗਿਆ ਵਾਂ, ਉਹ ਕੋਈ ਦੱਸਦੀ ਆ ਬਸ ਇੱਕੋ ਗੱਲ ਕਹੀ ਨਹੀਂ ਮੇਰੀ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਲਿਆ। ਸ਼ਮੀ ਮੇਰੀ ਗੱਲ ਸੁਣ, ਕਿਉਂ ਨਹੀਂ ਤੁਹਾਡਾ ਘਰ ਵਸਣ ਦਿੰਦੀ ਪਈ? ਚਾਚੀ ਜੀ ਇਹਨੂੰ ਪੁੱਛ ਲਓ ਇੱਕ ਵਾਰੀ ਵੀ ਕੀ ਸੱਚ ਆ ਕੀ ਝੂਠ ਆ। ਸਿਮਰਤ ਬੋਲ ਅੱਜ ਕੀ ਸੱਚ ਆ ਦੱਸ ਚਾਚੀ ਜੀ ਨੂੰ, ਮੈਨੂੰ ਕਾਹਤੋਂ ਹਰ ਪਾਸੇ ਝੂਠਾ ਪਾਉਂਦੀ ਆ ਤੂੰ, ਬੋਲ। ਮੈਨੂੰ ਤੇ ਇੰਜ ਲੱਗਦਾ ਪਿਆ ਜਿਵੇਂ ਸਾਰੀ ਕਰਤਾ ਧਰਤਾ ਤੂੰ ਹੀ ਹੈ। ਚਾਚੀ ਜੀ ਪਹਿਲੇ ਉਹਨੂੰ ਪੁੱਛ ਲਓ। ਮੰਮੀ ਉਹਦੀ ਕਹਿੰਦੀ ਕੋਈ ਗੱਲ ਨਹੀਂ, ਉਹ ਕਹਿੰਦਾ ਪਿਆ ਕੋਈ ਗੱਲ ਨਹੀਂ, ਸਿਮਰਤ ਕਹਿੰਦੀ ਪਈ ਕੋਈ ਗੱਲ ਨਹੀਂ, ਤੇ ਗੱਲ ਵਿੱਚੋਂ ਹੈ ਕੀ? ਸਿਮਰਤ ਜੇ ਤੂੰ ਦੱਸਣਾ ਆ ਤੇ ਦੱਸ, ਨਹੀਂ ਤੇ ਫਿਰ ਅੱਜ ਮੈਂ ਦੱਸਦੀ ਆ। ਚਾਚੀ ਜੀ ਇਹਨਾਂ ਦੋਵਾਂ ਦਾ ਰਿਸ਼ਤਾ ਬਿਲਕੁਲ ਠੀਕ ਨਹੀਂ ਜੇ, ਉਹ ਸੋਫੇ ਤੇ ਸੌਂਦਾ ਜੇ ਤੇ ਇਹ ਬੈੱਡ ਤੇ ਸੌਂਦੀ ਜੇ, ਨਾ ਕੂੰਦੇ ਜੇ ਨਾ ਬੋਲਦੇ ਜੇ। ਬਕਵਾਸ ਕੀ ਕਰੀ ਜਾਨੀ ਹੈ ਭੈਣ ਜੀ, ਇਹ ਕੀ ਕਰਨ ਡੇ ਜੇ? ਮੇਰੀ ਕੁੜੀ ਝੂਠ ਬੋਲਣ ਡਈ ਆ? ਤੂੰ ਇਹ ਚੁੱਪ ਕਰਕੇ ਬੈਠ। ਕਾਹਦੀ ਚੁੱਪ ਕਰਾਂ? ਤੁਸੀਂ ਉਹਦੇ ਸਹੁਰੇ ਆ ਕੇ ਮੇਰੀ ਕੁੜੀ ਦੇ ਮੂੰਹ ਤੇ ਚਪੇੜ ਮਾਰਨ ਡਏ? ਨਹੀਂ ਤੂੰ ਮੇਰੀ ਕੁੜੀ ਦੇ ਸਾਹਮਣੇ ਬੇਇੱਜ਼ਤੀ ਕਰੀ ਜਾਂਦੀ, ਕਿੰਨੀ ਘਟੀਆ ਗੱਲ ਆ। ਕਾਹਦੀ ਬੇਇੱਜ਼ਤੀ ਕਰਨ ਡਈ ਆ? ਕਾਹਦੀ ਬੇਇੱਜ਼ਤੀ ਕਰਨ ਡਈ ਆ? ਤੁਸੀਂ ਕੁਝ ਸੋਚੋ, ਤੁਸੀਂ ਤੁਸੀਂ ਆ ਕੇ ਕਿਦਾਂ ਮੇਰੀ ਕੁੜੀ ਝੂਠ ਬੋਲਣ ਡਈ ਆ? ਝੂਠ ਇਹ ਬੋਲਣ ਡਈ ਆ ਕੀ? ਪੁੱਛੋ ਤੇ ਸਹੀ ਉਹਨੂੰ। ਚਾਚੀ ਜੀ ਝੂਠ ਤੇ ਬੋਲਦੀ ਸੀ, ਮੇਰਾ ਨਾਮ ਕਾਹ ਤੋਂ ਲਈ ਜਾਂਦੇ ਜੇ? ਵੈਸੇ ਵੀ ਤੁਹਾਨੂੰ ਦੱਸਿਆ ਤੇ ਹੈਗਾ ਮੰਮੀ ਇਹ ਵੈਸੇ ਨਹੀਂ ਨਿਭਾ ਦੇਣ ਦੇ, ਕੋਈ ਨਾ ਕੋਈ ਗੱਲ ਵਿੱਚ ਡਾ ਛੱਡ ਦੇ। ਤੇ ਭੈਣ ਜੀ ਤੁਸੀਂ ਕੱਖ ਨਹੀਂ ਬੋਲ ਸਕਦੇ ਪਏ ਵਿੱਚ? ਅਸੀਂ ਤਾਂ ਬੋਲ ਕੇ ਅੱਕ ਗਏ, ਅਸੀਂ ਤਾਂ ਹੀ ਤੁਹਾਨੂੰ ਸੱਦਿਆ। ਮੈਨੂੰ ਤਾਂ ਤੁਹਾਡੇ ਬੋਲਣ ਦਾ ਕੋਈ ਗੱਲ ਹੀ ਨਹੀਂ ਨਜ਼ਰ ਆਉਂਦੀ। ਅਸੀਂ ਤਾਂ ਬੋਲ ਬੋਲ ਕੇ ਆਕੇ ਪੁੱਛੋ ਉਹਨੂੰ, ਪੁੱਛੋ ਆਪਣੀ ਕੁੜੀ ਨੂੰ। ਇਹ ਝੂਠ ਬੋਲਦੀ ਪਈ ਆ, ਬਿਲਕੁਲ ਝੂਠ ਬੋਲਦੀ। ਇਹ ਸਾਬਤ ਕਰਨਾ ਕਿੱਦਾਂ ਝੂਠ ਬੋਲਦੀ ਪਈ ਹੈ? ਇਹ ਵੀ ਗੱਲ ਕਹਿਣ ਦੇ ਭੂਆ ਜੀ। ਚੁੱਪ ਕਰੋ ਸਾਰੇ ਜਾਣੇ ਜੀ, ਇੱਕ ਮਿੰਟ ਚੁੱਪ ਕਰੋ। ਇਹਨੇ ਮੈਨੂੰ ਇੰਨੀ ਗੱਲ ਵੀ ਕਹੀ ਆ ਕਿ ਸਾਹਿਲ ਜਿਹੜਾ ਦੂਜੀਆਂ ਕੁੜੀਆਂ ਨਾਲ ਐਸ਼ਪਰਸਤੀਆਂ ਕਰਦਾ, ਮੇਰੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਸਾਹਿਲ ਦਾ। ਨਹੀਂ ਮੰਮੀ ਮੈਂ ਇੰਨੀ ਗੱਲ ਨਹੀਂ ਕਹੀ ਜੀ, ਕਿਉਂ ਤੁਸੀਂ ਝੂਠ ਬੋਲਣ ਦੇ ਜੇ? ਚੁੱਪ ਕਰ ਮਰਨ ਦੇ, ਜੇ ਨਹੀਂ ਸਹੀ ਤਾਂ ਤੁਸੀਂ ਦੋਵੇਂ ਜਣੇ ਆਪਣਾ ਰਿਸ਼ਤਾ ਕਿਉਂ ਵਿਗਾੜਨ ਦੇ? ਚਾਚੀ ਮੈਂ ਭੂਆ ਜੀ ਕਹਿੰਦੇ ਮੈਂ ਇਹਨੂੰ ਕਹਿਣ ਦਿਆਂ ਵਾ, ਕਿਉਂ ਵਿਗਾੜਨ ਦੇ ਜੇ? ਮੇਰੀ ਗੱਲ ਸੁਣ ਸਿਮਰਤ, ਬਾਅਦ ਚ ਚਾਚੀ ਨੇ ਮੈਨੂੰ ਕਹਿਣਾ ਵਾ ਕਿ ਤੂੰ ਉਸੇ ਘਰ ਚ ਰਹਿਣ ਦੀ ਤੇ ਤੂੰ ਅੰਨੀ ਹੀ, ਇਹਨਾਂ ਦਾ ਕੋਈ ਰਿਲੇਸ਼ਨ ਸਹੀ ਨਹੀਂ ਹੀ। ਇੱਕ ਮਿੰਟ ਸ਼ਮੀ ਚੁੱਪ ਕਰ, ਇਸ ਵਕਤ ਮੇਰੀ ਭੈਣ ਹੈ, ਮੇਰੀ ਤਾਂ ਸਪੋਰਟ ਕਰੀ ਜਾਂਦੀ ਆ। ਚੱਲ ਚੁੱਪ ਕਰ, ਮੇਰੀ ਗੱਲ ਸੁਣ। ਸਾਰੇ ਦੇ ਨਜ਼ਰਾਂ ਚ ਤੂੰ ਬੁਰੀ ਬਣ ਗਈ ਹੈ, ਤੂੰ ਹਰ ਵਾਰ ਇੱਕੋ ਗੱਲ ਕਹਿੰਦੀ ਕਿ ਸਿਮਰਤ ਮੈਨੂੰ ਇਹ ਗੱਲ ਕਹਿੰਦੀ ਆ ਤੇ ਸਿਮਰਤ ਸਾਫ਼ ਸਾਫ਼ ਮੁੱਕਰ ਜਾਂਦੀ ਆ। ਤੇਰੇ ਕੋਲ ਕੋਈ ਇਹਦੇ ਤੋਂ ਇਲਾਵਾ ਕੋਈ ਹੋਰ ਗਵਾਹ ਹੈਗਾ ਜਿਹਨੂੰ ਇਸ ਗੱਲ ਦਾ ਪਤਾ ਹੋਵੇ ਕਿ ਇਹ ਸਾਰੀਆਂ ਗੱਲਾਂ ਸਿਮਰਤ ਕਹਿਣ ਡਈ ਤੇ ਜੋ ਕਹਿਣ ਡਈ ਸੱਚ ਕਹਿਣ ਡਈ ਹੈ? ਬੋਲ। ਚਾਚੀ ਜੀ ਇਹਨੇ ਸਪਸ਼ਟ ਮੈਨੂੰ ਸਾਰਾ ਕੁਝ ਕਿਹਾ, ਹੋਰ ਮੈਂ ਤੁਹਾਨੂੰ ਕੀ ਸਬੂਤ ਦਵਾਂ ਇਸ ਤੋਂ ਵੱਧ? ਗੱਲ ਇੱਥੇ ਨਹੀਂ ਮੁੱਕਦੀ, ਮੈਂ ਤੈਨੂੰ ਆਖਰੀ ਮੌਕਾ ਦਿੰਦੀ ਬਈ। ਬਾਕੀ ਚਾਚੀ ਜੀ ਸਾਹਿਲ ਨੂੰ ਸੱਦ ਕੇ ਪੁੱਛ ਲਓ, ਹੁਣ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਬੁਲਾਓ ਭੈਣ ਜੀ ਸਾਹਿਲ ਨੂੰ, ਬੁਲਾਓ ਪੁੱਛੋ ਉਹਨੂੰ। ਚਲੋ ਬੈਠ ਕੇ ਗੱਲ ਕਰੋ, ਬੈਠੋ 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 ਬੋਲਦੀ ਜੇ, ਬੈਠੋ 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 ਬੁਲਾ ਸਾਹਿਲ ਨੂੰ, ਬੈਠ ਕੇ ਗੱਲ ਕਰੋ, ਸਮਝਾਓ, ਕੋਈ ਗੱਲ ਨਹੀਂ, ਬੈਠ ਜਾ ਗਰਮ ਸਾਹਿਲ ਨੇ ਆਈ ਨਾ ਕੁਛ ਨਿਬੇੜ ਕੇ ਜਾਊਗੀ। ਸਾਹਿਲ ਹਾਂਜੀ ਭਾਜੀ ਆ ਯਾਰ ਗੱਲ ਸੁਣ ਇਧਰ। ਦੱਸ ਯਾਰ ਸਾਹਿਲ, ਆ ਤੇਰੀ ਭਾਬੀ ਰੌਲਾ ਪਾਉਂਦੀ ਫਿਰਦੀ ਸਾਰੇ ਬੰਨੇ ਕਿ ਸਿਮਰਤ ਦਾ ਤੇ ਤੇਰਾ ਰਿਲੇਸ਼ਨ ਸਹੀ ਨਹੀਂ ਆ, ਸਹੀ ਆ? ਸਾਹਿਲ ਦੱਸ ਦੇ ਸੱਚ ਅੱਜ ਸਾਰਿਆਂ ਨੂੰ।
ਤੂੰ ਮੈਨੂੰ ਕਹਿਣਾ ਆ ਨਾ ਕਿ ਭਾਬੀ ਮੈਂ ਤੇਰੇ ਨਾਲ ਹਾਂ, ਇਸ ਕਰਕੇ ਹੁਣ ਦੱਸ ਇਹਨਾਂ ਨੂੰ ਸੱਚ। ਸਿਮਰਤ ਨੇ ਤਾਂ ਮੈਨੂੰ ਹਰ ਜਗ੍ਹਾ ਝੂਠੀ ਪਾਤਾ, ਮੇਰੀ ਇੱਜ਼ਤ ਹੁਣ ਤੇਰੇ ਹੱਥ ਆ, ਮੈਨੂੰ ਤੇਰੇ ਤੋਂ ਹੀ ਆਸ ਆ, ਬਸ ਬੋਲ ਕੁਛ। ਤੂੰ ਨਾ ਸ਼ਮੀ ਜ਼ਿਆਦਾ ਗੱਲਾਂ ਨਾ ਕਰ, ਸਾਹਿਲ ਤੂੰ ਬੋਲ ਬੇਟਾ ਕੀ ਗੱਲ ਹੈ। ਮੈਂ ਨਾ ਭਾਬੀ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੀ ਵੀ ਗੱਲ ਹੈ ਮੈਂ ਮੁਕਰੂੰਗਾ ਨੀ, ਭਾਵੇਂ ਸਾਰਿਆਂ ਦੇ ਵਿੱਚ ਮੈਨੂੰ ਗੱਲ ਕਹਿਣੀ ਪਵੇ। ਤੇ ਮੰਮੀ ਤੁਸੀਂ ਇਹਨਾਂ ਦੀ ਗੱਲਾਂ 'ਤੇ ਕੀ ਯਕੀਨ ਕਰਨਾ, ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਹੈਗਾ। ਉਹ ਬੋਲਣ ਲੱਗਾ ਨਾ ਸਾਹਿਲ, ਉਹਨੂੰ ਬੋਲਣ ਤੋਂ ਬੋਲ ਸਾਹਿਲ ਬੇਟਾ ਬੋਲ। ਤੁਸੀਂ ਮੇਰੀ ਗੱਲ 'ਤੇ ਯਕੀਨ ਕਰੋ, ਜਦੋਂ ਮੈਂ ਦੱਸਾਂਗੀ ਸਾਰਾ ਕੁਛ ਸਹੀ ਤਾਂ ਉਹਨਾਂ ਨੇ ਵੱਖਰਾ ਦੱਸਣਾ ਵਾ। ਸਿਮਰਤ ਤੁਹਾਨੂੰ ਬੋਲਣ ਕਿਉਂ ਨਹੀਂ ਦਿੰਦੀ, ਬੋਲਣ ਦੇ ਉਹਨੂੰ ਇੱਕ ਵਾਰੀ। ਜਦੋਂ ਮੈਂ ਸਭ ਕੁਝ ਦੱਸਣ ਦੀ ਦਈ ਆ ਨਾ ਤੇ ਫਿਰ ਉਹਨਾਂ ਕੋਲ ਜ਼ਰੂਰ ਹੀ ਪੁੱਛਣਾ ਵਾ ਤੁਸੀਂ, ਨਾਲੇ ਤੁਸੀਂ ਤਾਂ ਚੁੱਪ ਹੀ ਕੀਤੇ ਰਹੋਣਾ। ਤੁਸੀਂ ਉਹਨਾਂ ਦੀ ਗੱਲ 'ਤੇ ਕਿਉਂ ਯਕੀਨ ਕਰਦੇ, ਤੁਸੀਂ ਮੇਰੀ ਗੱਲ 'ਤੇ ਯਕੀਨ ਕਰੋ। ਕਿਉਂ ਬੈਠਾ ਉਹਦੇ ਕੋਲ ਪੁੱਛਣ 'ਚ ਕੀ ਇਤਰਾਜ਼ ਹੈ। ਸਿਮਰਤ ਪੁੱਛ ਲੈਣ ਕੋਈ ਗੱਲ ਨਹੀਂ, ਤੇ ਜਦੋਂ ਮੈਂ ਦੱਸਦੇ ਹੀ ਆ ਨਾ ਸਭ ਕੁਝ ਤਾਂ ਸਹੀ ਚੱਲਣ ਦਿਆ ਵਾ। ਉਹਨਾਂ ਨੂੰ ਵੀ ਪੁੱਛ ਲੈਣ ਦੇ, ਤੇਰੀ ਮੰਮੀ ਪੁੱਛਣ ਦੀ ਨਾ, ਹੋਰ ਤਾਂ ਨਹੀਂ ਕੋਈ ਪੁੱਛਣ ਦਿਆ। ਸਾਹਿਲ ਬੋਲੋ ਬੇਟਾ ਕੀ ਗੱਲ। ਮੰਮੀ ਭਾਬੀ ਬਿਲਕੁਲ ਸਹੀ ਕਹਿਣ ਦਿਆ, ਮੇਰਾ ਤੇ ਸਿਮਰਤ ਦਾ ਕੁਝ ਹੈ ਹੀ ਨਹੀਂ। ਜੀ ਕਹਿੰਦੇ ਸਾਹਿਲ ਤੂੰ ਤੇ ਮੈਂ ਗਲਤ ਕੀ ਕਹਿਣ ਦਿਆ ਵਾ, ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਵਾ ਤੁਸੀਂ ਜ਼ਬਰਦਸਤੀ ਤੇ ਮੇਰਾ ਵਿਆਹ ਕਰਾਇਆ ਸੀ, ਮੈਂ ਰਾਜੀ ਕਦੋਂ ਹੈਗਾ ਸੀ ਇਹਦੇ ਨਾਲ ਵਿਆਹ ਕਰਾਉਣ ਵਿੱਚ। ਫਿਰ ਤੂੰ ਵਿਆਹ ਕਿਉਂ ਕਰਾਇਆ, ਸਾਰਿਆਂ ਤੋਂ ਅੱਗੇ ਤਾਂ ਤੂੰ ਹੀ ਸਾਂ ਸੇਰੇ ਲਾ ਕੇ, ਜੇ ਇਹ ਗੱਲ ਸੀ ਤਾਂ ਚੁੱਪ ਕਰ ਬਿੰਦੋ। ਸਾਹਿਲ ਆਏ ਤੇ ਤੁਸੀਂ ਸੋਨਾ ਬੇਟਾ ਰਿਸ਼ਤਾ ਘਰ ਲੈ ਕੇ, ਜਾਂ ਤੁਹਾਡੀ ਭਾਬੀ ਤੇ ਰਾਣੇ ਤੁਸੀਂ, ਜਦ ਤੁਹਾਨੂੰ ਪਤਾ ਸੀ ਕੁਛ ਨਹੀਂ ਹੈਗਾ ਤੇ ਤੁਸੀਂ ਕਿਉਂ ਆਏ ਰਿਸ਼ਤਾ ਲੈ ਕੇ। ਚਾਚੀ ਜੀ ਮੈਨੂੰ ਤਾਂ ਇਹਨਾਂ ਨੇ ਕਿਹਾ ਸੀਗਾ ਵੀ ਇੱਕ ਦੂਜੇ ਨੂੰ ਪਸੰਦ ਕਰਦੇ ਆ, ਤੇ ਮੈਂ ਤਾਂ ਹਾਮੀ ਭਰੀ ਸੀ। ਸਿਮਰਤ ਬੋਲਦੀ ਕਿਉਂ ਨਹੀਂ ਪਈ ਕੁਛ ਹੁਣ। ਚਾਚੀ ਜੀ ਮੈਨੂੰ ਸਿਮਰਤ ਨੇ ਕਿਹਾ ਸੀ ਵੀ ਆਪਾਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਸਾਡਾ ਵਿਆਹ ਹੋਣਾ ਚਾਹੀਦਾ। ਤੇ ਸਾਹਿਲ ਤੇ ਕਹਿੰਦਾ ਵੀ ਅਸੀਂ ਪਸੰਦ ਹੀ ਨਹੀਂ ਕਰਦੇ, ਤੇ ਹੁਣ ਮੈਨੂੰ ਕੀ ਪਤਾ ਸਿਮਰਤ ਨੇ ਕੀ ਕੀਤਾ ਤੇ ਕੀ ਨਹੀਂ। ਤੁਸੀਂ ਸਾਹਿਲ ਕੋਲੋਂ ਪਹਿਲੇ ਪੁੱਛਿਆ ਨਹੀਂ ਸੀਗਾ? ਤੇ ਤੁਸੀਂ ਪਹਿਲਾਂ ਆਪਣੀ ਕੁੜੀ ਕੋਲ ਨਹੀਂ ਪੁੱਛਿਆ? ਤੇ ਕੁੜੀ ਤੇ ਪਸੰਦ ਕਰਦੀ ਸੀ। ਕਿਉਂ ਪਸੰਦ, ਜਿਹਨੇ ਬੂਹਾ ਮਾਰਿਆ ਕਹਿੰਦੀ ਸੀ ਮੈਂ ਵਿਆਹ ਕਰਵਾਉਣਾ ਤੇ ਉਹਦੇ ਨਾਲ ਕਰਵਾਉਣਾ, ਤੁਹਾਨੂੰ ਮੈਂ ਖੁਦ ਕਿਹਾ ਸੀ ਕਿ ਭੈਣ ਜੀ ਸਾਹਿਲ ਉਹਨੂੰ ਨਹੀਂ ਪਸੰਦ ਕਰਦਾ, ਪਰ ਤੁਸੀਂ ਮੇਰੀ ਮੰਨੀ ਥੋੜਾ, ਤੁਸੀਂ ਮੈਨੂੰ ਕਿਹਾ ਤੇਰੀ ਕੁੜੀ ਜੀ ਉੱਥੇ ਵਿਆਹੀ ਗਈ ਤਾਂ ਤੂੰ ਚਾਹੁੰਦੀ ਹੈ ਕਿ ਉਹਦਾ ਰਿਸ਼ਤਾ ਨਾ ਉੱਥੇ ਹੋਵੇ। ਤੇ ਮੈਂ ਵੀ ਤੇ ਇਹਨਾਂ ਨੂੰ ਮਨਾ ਕੀਤਾ ਸੀ ਵੀ ਜ਼ਬਰਦਸਤੀ ਰਿਸ਼ਤਾ ਨਹੀਂ ਕਰਾਉਣਾ, ਮੇਰਾ ਮੁੰਡਾ ਨਹੀਂ ਮੰਨਦਾ ਨਾ ਕਰੋ, ਮਗਰ ਆ ਰਾਣਾ ਇਹ ਲੱਗ ਕੇ ਅੱਗੇ ਦੇ ਗਏ ਸੀ। ਮੰਮੀ ਮੈਨੂੰ ਤੇ ਇਹਨੇ ਕਿਹਾ ਜਾ ਵੀ ਇੱਕ ਦੂਜੇ ਨੂੰ ਪਸੰਦ ਕਰਦੇ ਆ, ਤਾਂ ਭਾਜੀ ਨੂੰ ਜ਼ੋਰ ਪੈ ਰਿਹਾ। ਉਹਨੇ ਉਹਨੂੰ ਕਿਹਾ ਇਹ ਕੀ ਕਹਾਣੀ ਹੈ ਵਿੱਚ? ਮੈਨੂੰ ਸਿਮਰਤ ਨੇ ਕਿਹਾ ਸੀ, ਮੈਂ ਮੈਨੂੰ ਕੀ ਪਤਾ ਹੁਣ, ਸਿਮਰਤ ਕਹਿੰਦੀ ਕਿ ਮੈਨੂੰ ਸਾਹਿਲ ਪਸੰਦ ਕਰਦਾ ਵਾ, ਹੁਣ ਮੈਨੂੰ ਕੀ ਪਤਾ ਇਸ ਗੱਲ ਦਾ। ਸਾਹਿਲ ਕਹਿੰਦਾ ਪਿਆ ਭੈਣ ਜੀ ਅੱਜ ਇੰਨੀਆਂ ਗੱਲਾਂ ਹੋਣ ਡਈਆਂ, ਮੇਰਾ ਜਵਾਈ ਬੜਾ ਸੋਹਣਾ ਰਿਸ਼ਤਾ ਕਰਾਉਂਦਾ ਸੀ, ਉਦਣ ਵੀ ਆ ਸ਼ੰਮੀ ਉਹਦੇ ਨਾਲ ਮਿਲ ਕੇ ਉਹਦੇ ਨਾਲ ਰਾਣਾ ਮਿਲ ਕੇ ਇਹਨਾਂ ਨੇ ਫਿਰ ਜਾ ਕੇ ਰਿਸ਼ਤੇ ਤੁਹਾਡੇ ਘਰੋਂ ਮੰਗ ਕੇ ਲਿਆਂਦਾ ਇਹਨਾਂ ਨੇ। ਪਰ ਭੈਣ ਜੀ ਸ਼ੰਮੀ ਨੇ ਕੁਝ ਗਲਤ ਥੋੜਾ ਕੀਤਾ ਸੀ, ਜੇ ਉਸ ਕੁੜੀ ਨੇ ਕਿਹਾ ਤੇ ਉਹਨੇ ਉਹੀ ਕੀਤਾ ਨਾ ਜੋ ਉਹਦੀ ਭੈਣ ਕਹਿਣ ਡਈ ਸੀ। ਤੇ ਅੱਜ ਕਿਉਂ ਫਿਰ ਇਸ ਤਰ੍ਹਾਂ ਹੁੰਦਾ, ਤੂੰ ਕਰਾਇਆ ਇਹ ਕੀ ਮਤਲਬ ਹੁੰਦਾ ਅੱਜ? ਸਿਮਰਤ ਮੈਨੂੰ ਨੀ ਸਮਝ ਲੱਗਣ ਡਈ ਇਹ ਕੀ ਗੇਮ ਜੀ ਖੇਡੀ ਜਾਣ ਡਈ ਆ ਕੱਲੀ ਤੋਂ, ਹੁਣ ਤਾਂ ਸਾਰੇ ਤੇਰੇ ਮੂੰਹ ਤੇ ਬੈਠੇ ਨਾ, ਤਦ ਵੀ ਤੂੰ ਕਹਿਣ ਡਈ ਸਾਡੇ 'ਚ ਕੋਈ ਗੱਲ ਨਹੀਂ, ਉਹ ਕਹਿੰਦਾ ਮੈਂ ਤੈਨੂੰ ਪਸੰਦ ਨਹੀਂ ਕਰਦਾ, ਤੂੰ ਕਹਿੰਦੀ ਮੈਂ ਪਸੰਦ ਕਰਦੀ ਹਾਂ। ਅਸੀਂ ਤੇ ਇਸ ਰਿਸ਼ਤੇ ਨੂੰ ਨਾ ਕਰਦੇ ਹਾਂ, ਇਹਨਾਂ ਦੇ ਚੱਲਦੇ ਕਰਕੇ ਤੇ ਮੈਂ ਤੇ ਗਈ ਫਸ, ਅਸੀਂ ਤੇ ਬਿੱਤਾਂ 'ਚ ਫਸ ਗਏ। ਭੈਣ ਜੀ ਤੁਸੀਂ ਕਾਹਦਾ ਫਸ ਗਏ ਜੀ, ਫਸ ਤੇ ਗਏ ਅਸੀਂ, ਫਸ ਤੇ ਗਈ ਮੇਰੀ ਧੀ, ਖੇਡ ਬਣ ਕੇ ਰਹਿ ਗਈ ਸਾਰਿਆਂ ਦੀ ਤੇ ਸਾਰਿਆਂ ਦੇ ਗੱਲਾਂ ਦੇ ਜਵਾਬ ਦੇਣ ਜੋਗੀ। ਸਾਹਿਲ ਤੇ ਬੋਲਣ ਕਿਉਂ ਨਹੀਂ ਕੋਈ ਦੇ, ਤੇ ਮੁੱਕਰਨ ਕਿਉਂ ਰਹੇ ਜੇ, ਨਾਲੇ ਤੁਹਾਨੂੰ ਪਤਾ ਹੀ ਹੈ ਨਾ ਉਹ ਸਬੂਤ।
ਕਿਹੜੇ ਸਬੂਤਾਂ ਦੀ ਗੱਲ ਕਰਦੀ ਆ? ਲਿਆ ਸਬੂਤ, ਵਿਖਾ ਮੈਨੂੰ ਕਿਹੜੇ ਸਬੂਤ ਤੇਰੇ ਕੋ? ਉਹ ਛੱਡ ਯਾਰ, ਉਹ ਤੇ ਸ਼ਦੈਨ ਕਿਤੇ ਵੀ ਸਦਾਈ ਆ। ਮੇਰੀ ਗੱਲ ਸੁਣ, ਛੱਡ ਮੇਰੀ ਗੱਲ, ਉਹ ਮੈਨੂੰ ਵੇਖ ਹੀ ਲੈਣ ਦੋ ਕਿਹੜੇ ਸਬੂਤ ਹੈਗੇ ਤੇਰੇ ਕੋ। ਉਹ ਕੋਈ ਗੱਲ ਨਹੀਂ, ਮੇਰੀ ਗੱਲ ਸੁਣ, ਇਧਰ ਆ ਮੇਰੀ, ਇਧਰ ਗੱਲ ਸੁਣ। ਸਿਮਰਤ, ਸਾਹਿਲ ਕਿਹੜੇ ਸਬੂਤਾਂ ਦੀ ਗੱਲ ਕਰਦਾ ਪਿਆ? ਕਿਹੜੇ ਸਬੂਤ? ਉਹ ਕੁਛ ਨਹੀਂ ਮੰਮੀ, ਏਦਾਂ ਦੀ ਕੋਈ ਗੱਲ ਨਹੀਂ। ਵੈਸੇ ਕੋਈ ਗੱਲ ਹੈ ਸਾਡੇ ਦੋਵਾਂ 'ਚ? ਦੋਵਾਂ 'ਚ ਕਿਹੜੀ ਗੱਲ ਹੈ ਜੀ? ਹੋ ਗਈ ਜਿਹੜਾ ਉਹ ਕਹਿ ਕੇ ਗਿਆ ਉੱਚੀ ਬੋਲ ਕੇ ਵੀ ਸਬੂਤ, ਕਿਹੜੇ ਸਬੂਤ? ਤੂੰ ਕਹਿੰਦੀ ਵੀ ਇਹ ਸਬੂਤ। ਮੰਮੀ ਏਦਾਂ ਦੀ ਕੋਈ ਗੱਲ ਨਹੀਂ, ਉਹ ਤੁਹਾਨੂੰ ਦੱਸਿਆ ਤਾਂ ਸਾਡੀ ਆਪਸੀ ਦੋਵਾਂ ਦੀ ਗੱਲ ਸੀ। ਮੇਰੀ ਗੱਲ ਸੁਣੋ, ਤੂੰ ਮੇਰੇ ਨਾਲ ਚੱਲ। ਕੋਈ ਥੋੜੀ ਹੋਈ ਨੀ ਹੈਗੀ ਘਰੋਂ, ਪਰ ਭੈਣ ਜੀ ਪਹਿਲੇ ਅੱਗੇ ਕੋ ਜਾਣਾ ਰਹਿਣ ਦੋ ਨਾ ਉਹਨੂੰ ਲੋਕਾਂ ਦੇ ਵਾਸਤੇ। ਮੰਮੀ ਮੈਂ ਨਹੀਂ ਜਾਣਾ। ਕਿਹਦੇ ਪਿੱਛੇ ਰੱਖਣਾ ਭੈਣ ਜੀ? ਤਾਂ ਲੜਾਈ ਚੱਲ ਰਹੀ ਕਹਿੰਦਾ ਪਿਆ, ਸਾਹਿਲ ਹੀ ਕਹਿੰਦਾ ਪਿਆ, ਇਹ ਕਿਹਦੇ ਕਿਹਦੇ ਪਿੱਛੇ ਛੱਡਣਾ? ਚਾਚੀ ਜੀ, ਇਹ ਤੇ ਗੱਲ ਦਾ ਕੋਈ ਸੋਲੂਸ਼ਨ ਨਾ ਨਾ ਹੋਇਆ, ਦੇਖ ਲਓ ਨਾਲੇ ਮੈਂ ਸੱਚੀ ਨਿਕਲੀ ਨਾ ਆਪਣੀਆਂ ਗੱਲਾਂ ਤੇ। ਫਿਰ ਸਿਮਰਤ, ਤੂੰ ਇਹਨੂੰ ਸੁਣਿਆ ਨਹੀਂ ਮੈਂ ਤੈਨੂੰ ਕੀ ਕਹਿੰਦੀ ਪਈ ਆ? ਭੈਣ ਜੀ ਮੰਮੀ ਮੈਂ ਨਹੀਂ ਜਾਣਾ। ਰਹਿਣ ਦੋ ਤੁਸੀਂ, ਉਹ ਨਹੀਂ ਜਾਣਾ। ਭੈਣ ਜੀ ਕਿਹੜੀ ਗੱਲ ਤੇ ਮੈਨੂੰ ਤੁਸੀਂ ਛੱਡ ਕੇ ਜਾਵਾ, ਦੱਸੋ ਤੁਸੀਂ ਦੱਸ ਦਿਓ। ਕੋਈ ਗੱਲ ਨਹੀਂ ਹੈਗੀ, ਆਪੇ ਸੈਟ ਹੋ ਜੂਗਾ, ਤੁਸੀਂ ਨਾ ਕਰੋ। ਫਿਰ ਤੁਹਾਡੇ ਕੋਲ ਹੁਣ ਤੱਕ ਸੈਟ ਹੋਇਆ ਤੇ ਨਹੀਂ ਕੰਮ? ਤਾਂ ਹੀ ਤਾਂ ਮੈਂ ਤੁਹਾਨੂੰ ਬੁਲਾਇਆ ਸੀ ਵੀ ਚਲੋ ਆਜ ਕੀ ਸਮਝਾ ਲਓ ਤੁਸੀਂ ਵੀ ਸਿਮਰਤ ਤੁਹਾਨੂੰ ਕੁਝ ਦੱਸ ਦੇਗੀ। ਹੁਣ ਉਹਨੂੰ ਮੈਂ ਕੁਛ ਕਹਿੰਦੀ, ਉਹ ਕੁਛ ਤੇ ਕਹਿੰਦੀ ਨਹੀਂ, ਉਹ ਆਉਂਦੀ ਮੈਂ ਠੀਕ ਹੈ, ਮੈਂ ਠੀਕ ਹੈ, ਤਾਂ ਮੈਂ ਕਿਸ ਤਰ੍ਹਾਂ ਗੱਲ ਕਰਦਾ ਉਹਨੂੰ? ਸਿਮਰਤ, ਮੈਂ ਤੈਨੂੰ ਕਹਿੰਦੀ ਫਿਰ ਚੱਕ ਆਪਣੇ ਕੱਪੜੇ ਕੁਪੜੇ ਤੇ ਚੱਲ ਮੇਰੇ ਨਾਲ। ਨਹੀਂ ਚਾਚੀ ਰਹਿਣ ਦੇ, ਉਹ ਆਪਣਾ ਸੋਲੂਸ਼ਨ ਦੋਵੇਂ ਕੱਢ ਲੈਣਗੇ, ਤੁਸੀਂ ਰਹਿਣ ਦੇ ਕੁੜੀ ਨੂੰ, ਕਿੱਥੇ ਨਹੀਂ ਖੜਨਾ। ਜਦੋਂ ਮੰਮੀ ਮੰਮੀ ਮੇਰੇ ਨਾਲ ਆ, ਉਹ ਮੇਰੇ ਨਾਲ ਹੈਗੀ ਤੇ ਮੈਨੂੰ ਕੀ ਲੋੜ ਪਈ ਜਾਣ ਦੀ? ਨਾਲੇ ਇੱਕ ਜਣੇ ਦੇ ਕਹਿਣ ਦਾ ਕੀ ਹੁੰਦਾ ਵਾ? ਸਿਮਰਤ, ਗੱਲ ਇੱਕ ਜਣੇ ਕਹਿਣ ਦੀ ਨਹੀਂ ਹੁੰਦੀ, ਜਿਹਦੇ ਨਾਲ ਵਿਆਹ ਹੁੰਦਾ ਨਾ, ਲਾਈਫ ਪਾਰਟਨਰ ਹੁੰਦਾ ਉਹ, ਜਦ ਉਹਨੇ ਹੀ ਕਹਿਤਾ ਤੇ ਫਿਰ ਉਹਦੇ ਕਹਿਣ ਨਾ ਕਹਿੰਦੀ ਹੁਣ ਕੋਈ ਗੁੰਜਾਇਸ਼ ਪੈਦਾ ਨਹੀਂ ਹੁੰਦੀ। ਹਾਂ, ਉਹ ਨਾ ਕਹਿੰਦਾ ਤੇ ਮੈਂ ਉਹਦੀ ਗੱਲ ਨੂੰ ਉਹਨੂੰ ਹਰ ਪਾਸੇ ਪੈਂਦੀ ਪਈ ਸਾਂ। ਚਾਚੀ ਜੀ ਮੈਨੂੰ ਪੁੱਛ ਤਾਂ ਰਹੇ ਹੋ, ਜਦੋਂ ਉਹ ਮੰਨ ਗਿਆ ਏ ਤੇ ਮੈਂ ਹੁਣ ਉਹਨੂੰ ਗਲਤ ਕਹਿ ਹੀ ਨਹੀਂ ਸਕਦੀ ਉਸ ਕੁੜੀ ਨੂੰ। ਚਾਚੀ ਜੀ ਮੈਨੂੰ ਪੁੱਛਦੇ ਰਹਿੰਦੇ ਹੋ ਕਿ ਚੰਗੀ ਤਰ੍ਹਾਂ ਗੱਲ ਕੀ ਆ, ਜਦੋਂ ਗੱਲ ਪੂਰੀ ਪਤਾ ਲੱਗ ਜੂਗੀ ਤੇ ਫੇਰ ਲੈ ਜਾ ਕੁੜੀ ਨੂੰ, ਫੇਰ ਨਹੀਂ ਕੁੜੀ ਨੂੰ ਜਾਣ ਦੇਣਾ। ਸਾਰੀਆਂ ਗੱਲਾਂ ਨਾ ਪਹਿਲੇ ਆਪਣੇ ਘਰ ਕਰ ਲਈ ਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਨਾ ਆਪਣੇ ਜਿਹੜੇ ਰਿਸ਼ਤੇ ਦੇ ਨਾ। ਇਹ ਗੱਲ ਤਾਂ ਹੋਣੀ ਸਮਝ ਸਾਹਮਣੇ ਆਈ ਨਾ ਸਾਰੀ, ਸਾਡੀ ਪੂਰੀ ਗੱਲ ਸਾਹਮਣੇ ਨਹੀਂ ਆਈ, ਇਦਾਂ ਮੈਂ ਕੁੜੀ ਨੂੰ ਨਹੀਂ ਜਾਣ ਦੇਣਾ। ਸਾਹਿਲ ਕਹਿੰਦਾ ਤੇ ਪਿਆ ਤੁਹਾਨੂੰ ਸਾਰਾ ਕੁਝ ਪਤਾ ਹੈ? ਮੈਨੂੰ ਕੁਝ ਨਹੀਂ ਪਤਾ ਲੱਗਦਾ ਜੀ, ਇਦਾਂ ਕੁਝ ਨਾ ਕਰੋ। ਭੈਣ ਜੀ ਦੋ ਕੁ ਦਿਨ ਮੌਕਾ ਦਿਓ, ਇਹਨਾਂ ਨੂੰ ਗੱਲ ਦਾ ਪਤਾ ਲਾ ਲੈ ਦਿਓ, ਫਿਰ ਆਪਾਂ ਲੈ ਜਾਂਦੇ ਆ ਕੇ। ਤੈਨੂੰ ਲੱਗਦਾ ਸਹੀ ਹੈ? ਹਾਂ ਮੇਰੇ ਹਿਸਾਬ ਨਾਲ ਸਹੀ ਹੈ, ਕਿਉਂਕਿ ਜਦੋਂ ਉਹ ਕਹਿਣ ਡਿਆ
ਕਿ ਮੈਨੂੰ ਹਜੇ ਗੱਲ ਤੱਕ ਪੂਰੀ ਜਾਣ ਦਿਓ, ਫਿਰ ਦੱਸ ਦੇਗਾ ਆਪੇ ਉਹ। ਤੇ ਨਾਲੇ ਜਦੋਂ ਖੁਦ ਸਿਮਰਤ ਜਾਣ ਨੂੰ ਤਿਆਰ ਹੀ ਨਹੀਂ। ਹੱਲ ਨਹੀਂ ਗੱਲ ਦਾ, ਉਹ ਲੈ ਜਾਣ ਕੁੜੀ ਨੂੰ। ਚਲੋ ਭੈਣ ਜੀ ਚੱਲੀਏ, ਦਾ ਕੋਈ ਫਾਇਦਾ ਨਹੀਂ ਹੈਗਾ। ਸਿਮਰਤ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਮੈਂ 2 ਦਿਨਾਂ ਤੱਕ ਫੇਰ ਆਣਾ ਹੈ ਤੇ ਤਿਆਰ ਰਹੋ। ਅੱਛਾ ਜੀ, ਅਸੀਂ ਕਰਨਾ ਹੁੰਦਾ ਤਾਂ ਅਸੀਂ ਅੱਧੀ ਗੱਲ ਦੇਣਾਗੇ, 2 ਦਿਨਾਂ 'ਚ ਆ ਕੇ ਤੁਸੀਂ ਕੀ ਕਰਨਾ, ਅਸੀਂ ਭੇਜਣਾ ਨੀਗਾ। ਭੈਣ ਜੀ ਸਿਰਫ ਤੁਹਾਡੇ ਤੇ ਰਾਣੇ ਦੇ ਕਹਿਣ 'ਤੇ ਮੈਂ ਕੁੜੀ ਇੱਥੇ ਛੱਡ ਕੇ ਚੱਲੀ ਜੇ, ਉਹ ਵੀ ਤੁਹਾਡੇ ਸਪੁਰਤ ਕਰਕੇ ਚੱਲੀ ਜੇ। ਜਿਵੇਂ ਮੈਨੂੰ ਇੱਥੇ ਛੱਡ ਕੇ ਗਈ ਜੇ, ਚੱਲੀ ਜੇ ਨਾ, ਜੇ ਕੋਈ ਗੱਲ ਹੁੰਦੀ ਹੈ ਤੇ ਰਾਣੇ ਤੂੰ ਇਹਨੂੰ ਘਰ ਛੱਡ ਕੇ ਜਾਣਾ, ਇਹ ਤੇਰੀ ਜ਼ਿੰਮੇਵਾਰੀ ਆ, ਇਹ ਮੈਂ ਤੇਰੀ ਜ਼ਿੰਮੇਵਾਰੀ ਲਾਈ ਆ ਬਸ। ਤੇ ਸਿਮਰਤ ਨਾ ਨਹੀਂ ਉਹ ਕਰਨੀ, ਚੁੱਪ ਕਰਕੇ ਆਪਣੇ ਘਰ ਨੂੰ ਆਜੇ, ਸੁਣਦੀ ਪਈ ਆ ਬਸ। ਤੇ ਮੈਨੂੰ ਹੁਣ ਅੱਗੋਂ ਕੋਈ ਕਹਿਣ ਦੀ ਮੁਹੱਬਤ ਨਾ ਆਵੇ, ਤੇ ਚਲੋ ਖੜੀ ਹੋ ਤੇ ਮੈਨੂੰ ਲੰਘਣ ਦੇ। ਚੱਲ ਜਸਵੀਰ, ਚੰਗਾ ਭੈਣ ਜੀ ਚੰਗਾ। ਚੰਗਾ ਸਿਮਰ, ਤੂੰ ਵੀ ਭੈਣਾਂ ਮਿਲ ਕੇ ਦੇ, ਉਹ ਵੀ ਤੇਰੀ ਭੈਣ, ਤੈਨੂੰ ਪਤਾ ਨਾ ਛੋਟੇ ਉਹਦੇ ਤੇਰੇ ਨਾਲ ਕਿੰਨਾ ਪਿਆਰ ਕਰਦੀ ਸੀ, ਹੁਣ ਵੀ ਉਹਦੇ ਦਿਲ 'ਚ ਤੇਰੀ ਉਨੀ ਹੀ ਜਗ੍ਹਾ, ਪਰ ਪਤਾ ਨਹੀਂ ਤੂੰ ਇਸ ਤਰ੍ਹਾਂ ਕਿਉਂ ਕਰਨ ਡਈ। ਇਹ ਗੱਲ ਸੋਚੀ ਜ਼ਰਾ, ਜ਼ਿੰਮੇਵਾਰੀ ਜੋ ਲਈ ਆ।